ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਪੰਜਾਬ ਦੇ ਵਿੱਚ ਮੇਲੇ ਤਾਂ ਬੜੇ ਦੇਖੇ ਹੋਣੇ ਆ, ਬਟ ਅੱਜ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਜਰਮਨੀ ਦੇ ਵਿੱਚ ਇੱਕ ਮੇਲਾ। ਅਤੇ ਮੇਲਾ ਹੋ ਰਿਹਾ ਇਸ ਵੇਲੇ ਰਾਤ ਨੂੰ, ਅਤੇ ਸਵੇਰ ਦੀਆਂ ਹੀ ਇੱਥੋਂ ਇੱਥੇ ਤਿਆਰੀਆਂ ਚੱਲਦੀਆਂ ਸੀਗੀਆਂ। ਇੱਥੇ ਬੈਂਚ ਵਗੈਰਾ, ਕੁਰਸੀਆਂ ਵਗੈਰਾ, ਅਤੇ ਆ ਜਿੱਥੇ ਜਿੱਥੇ ਸ਼ੋਪ ਖੁੱਲੀਆਂ ਬੀਅਰ ਦੀਆਂ ਜਾਂ ਆਈਸਕ੍ਰੀਮ ਦੀਆਂ ਜਿਹੜੀਆਂ ਵੀ, ਉਹ ਤਿਆਰੀਆਂ ਚੱਲ ਰਹੀਆਂ ਸੀਗੀਆਂ। ਅਤੇ ਹੁਣ ਰਾਤ ਦੇ 11 ਕੁ ਵਜੇ ਆ, ਅਤੇ ਇਸ ਵੇਲੇ ਪੂਰਾ ਰੰਗ ਬੰਨਿਆ ਗੋਰਿਆਂ ਨੇ, ਅਤੇ ਆਉਦਾਂ ਦਿਖਾਉਂਦੇ ਹਾਂ। ਇੱਧਰ ਦੇਖੋ ਜੀ, ਆਹ ਹੁਣ ਪੂਰੇ ਮਜ਼ੇ ਦੇ ਵਿੱਚ ਆ ਸਾਰੇ ਗੋਰੇ, ਅਤੇ ਦੇਖੋ ਨਜ਼ਾਰੇ ਲੈਂਦੇ। ਅਤੇ ਆਪਾਂ ਨੂੰ ਵੀ ਸਵੱਬ ਮਿਲਿਆ ਅਤੇ ਇੱਥੇ ਆਉਣ ਦਾ, ਪਰਮਾਤਮਾ ਕਰੇ ਸਾਰੇ ਜਿਹੜੇ ਭਰਾ ਬੈਠੇ ਇੰਡੀਆ ਦੇਖਦੇ ਆ, ਸਾਰੇ ਬਾਹਰ ਘੁੰਮਣ, ਸਾਰੇ ਇਹ ਚੀਜ਼ਾਂ ਆ ਕੇ ਦੇਖਣ, ਇੰਜੋਏ ਕਰਨ ਕਿ ਕਿੱਦਾਂ ਦੁਨੀਆ ਵੱਸਦੀ ਆ, ਹੈ ਨਾ। ਅਤੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਜਾ ਕੇ, ਅੱਗੇ ਕੈਮਰਾ ਨਹੀਂ ਪ੍ਰੋਪਰ, ਫਿਰ ਤਾਂ ਮੇਰੀ ਆਵਾਜ਼ ਤਾਂ ਕੋਈ ਸੁਣਨੀ ਨਹੀਂ। ਅਤੇ ਇੱਕ ਵਾਰੀ ਦੇਖਿਓ ਵੀ ਗੋਰੇ ਕਿੱਦਾਂ ਚੈਲ ਕਰਦੇ ਆ। ਆਹ ਦੇਖੋ, ਆਹ ਮੇਰਾ ਭਰਾ ਪੂਰਾ ਮਸਤੀ ਦੇ ਵਿੱਚ, ਆਹ ਦੇਖ ਇਹ ਦੁਨੀਆ ਦੇ ਨਜ਼ਾਰੇ ਲੈ ਗਿਆ ਸਾਰੇ। ਇੱਧਰ ਸਾਹਮਣੇ ਚਾਚਾ ਜੀ, ਅਤੇ ਨਾਲ ਆ ਗਿਆ ਸਾਜਨ, ਇਹਨਾਂ ਨੇ ਬੀਅਰ ਹੁਣ ਮੰਗਾ ਲਈ ਆ। ਅਤੇ ਇਹ ਹੈਗਾ ਜੀ ਗੋਰਿਆਂ ਦਾ ਇੱਕ ਤਰ੍ਹਾਂ ਦਾ ਸਿੱਧੂ ਮੂਸੇ ਵਾਲਾ ਹੀ ਆ। ਆਪਾਂ ਨੂੰ ਨਹੀਂ ਪਤਾ ਇਹ ਗਾਣੇ ਵਾਲਾ ਕਲਾਕਾਰ ਕਿਹੜਾ ਆ, ਇਹਦਾ ਨਾਂ ਕੀ ਆ, ਪਰ ਜਿਸ ਹਿਸਾਬ ਨਾਲ ਸਾਰੇ ਇੰਜੋਏ ਕਰਦੇ ਪਏ ਆ, ਸਾਰੀ ਪਾਰਟੀ, ਮੈਨੂੰ ਲੱਗਦਾ ਘੱਟੋ ਘੱਟ ਇੱਥੇ ਕੋਈ 300-400 ਬੰਦਾ ਹੋਣਾ, ਪਰ ਪੂਰਾ ਇੰਜੋਏ ਕਰਦੇ ਪਏ ਆ ਗੋਰੇ ਯਾਰ। ਇਹ ਜਿਹੜਾ ਸ਼ਹਿਰ ਹੈਗਾ, ਇਹ ਜਰਮਨੀ ਦਾ ਆਖਣ ਸ਼ਹਿਰ ਆ, ਅਤੇ ਚਾਚਾ ਜੀ ਦੇ ਘਰ ਦੀ ਬੈਕ ਸਾਈਡ 'ਤੇ ਹੀ ਆ। ਅਤੇ ਆਪਾਂ ਨੂੰ ਘਰ ਗਾਰਡਨ 'ਚ ਬੈਠਿਆਂ ਨੂੰ ਇਹਨਾਂ ਦੇ ਸੁਣਦੀਆਂ ਸੀਗੀਆਂ ਇਹਨਾਂ ਦੇ ਮਿਊਜ਼ਿਕ ਦੀਆਂ ਆਵਾਜ਼ਾਂ, ਅਤੇ ਚਾਚਾ ਜੀ ਕਹਿੰਦੇ ਚੱਲ ਗੇੜੀ ਮਾਰ ਕੇ ਆਉਂਦੇ ਹਾਂ, ਘੁੰਮ ਫਿਰ ਕੇ ਆਉਂਦੇ ਹਾਂ, ਅਤੇ ਆਪਾਂ ਇੱਧਰ ਦੇਖਣਾ ਗਾ। ਅਤੇ ਇੱਥੇ ਆ ਕੇ ਦੇਖਿਆ ਅਤੇ ਇਹ ਤਾਂ ਇਹਨਾਂ ਨੇ ਸੱਚੀ ਦਿਨ ਚਾੜਿਆ ਹੋਇਆ ਵੀ, ਹੁਣ 11 ਕੁ ਵਜੇ ਆ ਰਾਤ ਦੇ, ਅਤੇ ਪੂਰਾ ਦਿਨ ਚਾੜਿਆ ਹੋਇਆ, ਪੂਰੀ ਰੌਣਕ ਆ। ਇੱਕ ਚੀਜ਼ ਤੁਸੀਂ ਹੋਰ ਦੇਖੋ, ਇੱਥੇ ਮੇਲੇ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ ਹੈਗੀ, ਕੋਈ ਬਾਊਂਸਰ ਨਹੀਂ ਹੈਗੇ, ਕੋਈ ਪੁਲਿਸ ਵਾਲੇ ਨਹੀਂ ਹੈਗੇ, ਪਰ ਫਿਰ ਵੀ ਇੱਥੇ ਰਾਤ ਨੂੰ ਗੋਰੇ ਕਿੱਦਾਂ ਡਰਿੰਕ ਕਰਕੇ, ਹੈ ਨਾ, ਮਤਲਬ ਗੋਰੀਆਂ ਵੀ ਵਿੱਚੇ ਡਰਿੰਕ ਕਰਨ ਲੱਗੀਆਂ ਆ, ਗੋਰੇ ਵੀ ਬੀਰਾਂ ਪੀਣ ਲੱਗੇ ਵਾ, ਅਤੇ ਆਪਣੇ ਬੰਦੇ ਜਿੱਦਾਂ ਪੱਕੀ ਦੇ ਜ਼ਿਆਦਾ ਸ਼ੌਕੀਨ ਹੁੰਦੇ ਆ, ਅਤੇ ਗੋਰੇ ਗੋਰੀਆਂ ਬੀਅਰ ਦੇ ਬਹੁਤ ਜ਼ਿਆਦਾ ਸ਼ੌਕੀਨ ਆ, ਅਤੇ ਪੂਰਾ ਚਿੱਲ ਕਰਦੇ ਪਏ ਆ। ਆਪਣੇ ਸਟੇਜ 'ਤੇ ਵੀ ਜਿਹੜਾ ਕਲਾਕਾਰ ਲੱਗਾ ਆ, ਪੂਰਾ ਲਾਈਵ ਪਰਫੋਰਮੈਂਸ ਆ, ਜਿਹੜਾ ਬੈਂਡ ਆ ਬਹੁਤ ਸੋਹਣਾ ਬੈਂਡ ਵੱਜਦਾ ਪਿਆ, ਕਹਿੰਦੇ ਉਹਦੇ ਮਿਊਜ਼ਿਕ ਦੀ ਕੋਈ ਭਾਸ਼ਾ ਨਹੀਂ, ਤਾਂ ਤੁਸੀਂ ਦੇਖੋ ਕਿੰਨੀ ਘੈਂਟ ਬੀਟ ਵੱਜਦੀ ਆ। ਇੱਕ ਹੋਰ ਚੀਜ਼ ਇਸ ਮੇਲੇ ਦੇ ਵਿੱਚ, ਮਤਲਬ ਟੀਨੇਜ ਬਹੁਤ ਘੱਟ ਆ, ਜਿੱਦਾਂ ਹੈ ਨਾ ਕਹਿ ਸਕਦੇ ਕਿ 20-21 ਸਾਲ ਤੋਂ ਜਿਹੜੇ ਘੱਟ ਏਜ ਵਾਲੇ ਜਵਾਕ ਆ ਉਹ ਬਹੁਤ ਘੱਟ ਆ, ਮਤਲਬ ਕਾਫੀ ਓਲਡ ਏਜ ਕਪਲ ਬਹੁਤ ਆ ਜਿੱਦਾਂ, ਹੈ ਨਾ, ਅਤੇ ਕਾਫੀ ਓਲਡ ਏਜ ਵਿੱਚ ਕਪਲ ਹੈਗੇ ਆ, ਅਤੇ ਮੈਨੂੰ ਲੱਗਦਾ 25-30 ਪਲੱਸ ਹੀ ਆ ਸਾਰੇ ਜਿੰਨੇ ਵੀ ਹੈਗੇ ਆ, ਹੈ ਨਾ, ਅਤੇ ਜਵਾਕ ਘੱਟ ਕਹਿ ਸਕਦੇ ਹਾਂ ਇੱਥੇ। ਮੇਲੇ ਦੇ ਵਿੱਚ ਨਾ ਕਾਫੀ ਓਲਡ ਏਜ ਕਪਲ ਬਹੁਤ ਦੇਖੇ ਆ ਮੈਂ, ਅਤੇ ਟੀਨ ਏਜ ਘੱਟ ਆ ਇੱਥੇ, ਜਿੱਦਾਂ ਜਵਾਕ ਘੱਟ ਆ, ਮਤਲਬ 20 ਸਾਲ ਤੋਂ ਥੱਲੇ ਥੱਲੇ ਵਾਲੇ ਜਵਾਕ ਬਹੁਤ ਘੱਟ ਆ, ਅਤੇ ਕਾਫੀ ਓਲਡ ਏਜ ਆ ਕਪਲ ਬਹੁਤ ਜ਼ਿਆਦਾ ਆ, ਜਿੱਦਾਂ ਹੈ ਨਾ ਬਹੁਤ ਸਾਰੇ ਕਪਲ ਡਾਂਸ ਕਰਦੇ ਇੱਥੇ ਮੈਂ ਦੇਖੇ ਆ।
ਤੇ ਯੂਰਪ ਦੀਆਂ ਮੈਂ ਜਿੰਨੀਆਂ ਕੁ ਵੀ ਕੰਟਰੀਆਂ ਘੁੰਮਿਆ ਸਾਰੀਆਂ ਕੰਟਰੀਆਂ ਬਹੁਤ ਸੇਫ ਆ। ਜਿੱਦਾਂ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਪੂਰੇ ਕਿਤੇ ਵੀ ਹੈ ਨਾ ਇੱਦਾਂ ਦਾ 11 ਵਜੇ ਇੱਦਾਂ ਦੀ ਕੋਈ ਮੇਲਾ ਰੱਖਣਾ ਸਿਕਿਉਰਿਟੀ ਤੋਂ ਬਿਨਾਂ ਹੈ ਨਾ ਤਾਂ ਮੈਨੂੰ ਲੱਗਦਾ ਪੋਸੀਬਲ ਨਹੀਂ ਆਪਣੀਆਂ ਕੰਟਰੀਆਂ ਦੇ ਵਿੱਚ। ਤੁਸੀਂ ਦੇਖ ਲਓ ਇੱਥੇ ਕਿੰਨਾ ਸੇਫ ਆ ਨਾ ਸਾਰਾ ਕੁਛ। ਆਪਾਂ ਦਿਨੇ ਵੀ ਇੱਧਰ ਨੂੰ ਗੇੜੀ ਮਾਰੀ ਸੀ ਤਾਂ ਉਦੋਂ ਤਿਆਰੀ ਚੱਲਦੀ ਪਈ ਸੀ, ਇੱਥੇ ਸਟੇਜ ਲੱਗਦੀ ਪਈ ਸੀ, ਕੁਰਸੀਆਂ ਕੁਰਸੀਆਂ ਟੇਬਲ ਟੂਬਲ ਲੱਗਦੇ ਪਏ ਸੀਗੇ। ਅਤੇ ਦੇਖੋ ਹੁਣ ਇਸ ਵੇਲੇ ਪੂਰਾ ਦਿਨ ਚਾੜਿਆ ਹੋਇਆ ਇਹਨਾਂ ਨੇ, ਪੂਰਾ ਐਨ ਚਿੱਲ ਕਰਦੇ ਪਏ ਆ ਅਤੇ ਕਹਿ ਸਕਦੇ ਹਾਂ ਪੂਰੇ ਚਿੱਲ ਮੂਡ ਔਨ ਹੋਏ ਆ ਇਹਨਾਂ ਦੇ। ਜੇ ਕਿਤੇ ਆਪਣੇ ਪੰਜਾਬ 'ਚ ਇੱਦਾਂ ਹੋਵੇ ਕਿ ਇੱਦਾਂ ਮੇਲਾ ਲੱਗਾ ਹੋਵੇ, ਖੁੱਲ੍ਹੀ ਦਾਰੂ ਚੱਲਦੀ ਹੋਵੇ ਉੱਥੇ, ਤਾਂ ਮੈਨੂੰ ਲੱਗਦਾ 5-7 ਲੜਾਈਆਂ ਵੀ ਜ਼ਰੂਰ ਹੋਣਗੀਆਂ ਅਤੇ 5-7 ਬੰਦੇ ਜ਼ਰੂਰ ਟਰਾਲੀ 'ਚ ਪਾ ਕੇ ਘਰਾਂ 'ਚ ਛੱਡਣੇ ਪਊਗੇ। ਤੁਸੀਂ ਆਪ ਇੱਥੇ ਅੰਦਾਜ਼ਾ ਲਾ ਲਓ ਕਿ ਵਿੱਚ ਕਿੰਨੇ ਓਲਡ ਏਜ ਬੰਦੇ ਹੈ ਨਾ, ਇਹਨਾਂ ਦੇ ਕਿਸੇ ਦਾ ਘਰ ਲਾਗੇ ਹੋਣਾ, ਕਿਸੇ ਦਾ ਦੂਰ ਹੋਣਾ, ਕਿੱਦਾਂ ਇੱਥੇ ਇਕੱਠੇ ਹੋਏ ਆ ਹੈ ਨਾ, ਅਤੇ ਪੂਰਾ ਇੰਜੋਏ ਕਰਦੇ ਪਏ ਯਾਰ। ਬਾਕੀ ਆਪਣੇ ਲੋਕਾਂ ਵਾਂਗੂ ਇਹ ਇਹਨਾਂ ਦੀ ਇੱਕ ਹੋਰ ਖਾਸੀਅਤ ਵੀ ਆ, ਗੋਰੇ ਬਹੁਤ ਘੱਟ ਡਰੰਕ ਹੁੰਦੇ ਆ ਜਿੱਦਾਂ ਹੈ ਨਾ, ਵੀ ਮਤਲਬ ਸ਼ਰਾਬੀ ਬਹੁਤ ਘੱਟ ਹੁੰਦੇ ਆ ਕਿਉਂਕਿ ਪੀਣੀ ਇਹਨਾਂ ਨੇ ਲਾਈਟ ਜੇ ਵੀਰੇ ਪੀਣੀ ਹੁੰਦੀ ਹੈ, ਇੱਕ ਗਲਾਸ ਫੜ ਕੇ ਬੈਠੇ ਰਹਿੰਦੇ ਆ ਅਤੇ ਬਹੁਤ ਘੱਟ ਸ਼ਰਾਬੀ ਹੁੰਦੇ ਆ। ਆਪਣੇ ਬੰਦੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਬੋਤਲ ਮੂਹਰੇ ਪਈ ਆ ਜਿੰਨਾ ਚਿਰ ਮੁੱਕਦੀ ਨਹੀਂ ਤਾਂ ਉਨਾ ਚਿਰ ਕਹਿੰਦੇ ਹੁੰਦੇ ਉੱਠਦੇ ਨਹੀਂ ਆ, ਅਤੇ ਇਹ ਗੋਰਿਆਂ ਦੀ ਇੱਕ ਖਾਸੀਅਤ ਆ, ਇਹ ਵੀ ਘੈਂਟ ਚੀਜ਼ ਹੈ ਕਿ ਹਰੇਕ ਚੀਜ਼ ਨੂੰ ਪ੍ਰੋਪਰ ਸਹੀ ਢੰਗ ਦੇ ਨਾਲ ਹੀ ਇੰਜੋਏ ਕਰਦੇ ਆ, ਪ੍ਰੋਪਰ ਸਹੀ ਢੰਗ ਨੂੰ ਮਤਲਬ ਕੋਈ ਵੀ ਚੀਜ਼ ਹੈਗੀ ਆ ਉਹਨੂੰ ਇਹਨਾਂ ਨੂੰ ਯੂਜ਼ ਕਰਨਾ ਆਉਂਦਾ। ਜੇ ਡਰਾਈਵਿੰਗ ਵੀ ਕਰੂਗੇ ਤਾਂ ਇਹਨਾਂ ਨੂੰ ਪਤਾ ਵੀ ਆਪਾਂ ਕਿਹੜੇ ਰੂਲ ਨਹੀਂ ਤੋੜਨੇ, ਜੇ ਡਰਿੰਕ ਵੀ ਕਰੂਗੇ ਤਾਂ ਇਹਨਾਂ ਨੂੰ ਪਤਾ ਕਿ ਆਪਾਂ ਕਿੰਨੀ ਪੀਣੀ ਆ ਹੈ ਨਾ। ਕਾਫੀ ਐਡਵਾਂਸ ਕੰਟਰੀ ਆ ਜਰਮਨੀ ਵੀ, ਵੈਸੇ ਯੂਰਪ ਦੇ ਵਿੱਚ ਹੈ ਨਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਵੀ ਜਰਮਨੀ ਦੇ ਵਿੱਚ ਇੱਥੇ ਆ ਕੇ ਰਹਿਣਾ, ਅਤੇ ਪਰਮਾਤਮਾ ਕਰੇ ਜਿਹੜੇ ਵੀ ਲੋਕ ਇੱਥੇ, ਪਰਮਾਤਮਾ ਕਰੇ ਜਿਹੜੇ ਵੀ ਭਰਾ ਵੀਰ ਭੈਣ ਵੀਡੀਓ ਦੇਖਦੇ ਆ ਉਹ ਸਾਰੇ ਵੀ ਇੰਡੀਆ ਤੋਂ ਬਾਹਰ ਘੁੰਮਣ, ਅਤੇ ਜਿਨ੍ਹਾਂ ਦਾ ਕਿਸੇ ਦਾ ਵੀਜ਼ਾ ਹਾਲੇ ਤੱਕ ਨਹੀਂ ਲੱਗਾ, ਪਰਮਾਤਮਾ ਕਰੇ ਉਹਨਾਂ ਸਾਰਿਆਂ ਦਾ ਵੀਜ਼ਾ ਲੱਗੇ ਅਤੇ ਉਹ ਵੀ ਬਾਹਰ ਕੰਟਰੀਆਂ ਦੇ ਵਿੱਚ ਘੁੰਮ ਕੇ ਦੇਖਣ ਕਿ ਦੁਨੀਆ ਕਿੱਥੇ ਕੁ ਵੱਸਦੀ ਆ, ਦੁਨੀਆ ਦੇ ਵਿੱਚ ਕੀ ਮਾਹੌਲ ਆ ਹੈ ਨਾ। ਅਸਲੀ ਨਹੀਂ ਯਾਰ ਇਹ ਨਾ ਇਹ ਲੋਕ ਸੱਚੀ ਲੈਂਦੇ ਆ, ਜਿੱਦਾਂ ਇਹਨਾਂ ਨੂੰ ਘੁੰਮਣ ਦਾ ਵੀ ਸ਼ੌਂਕ ਹੁੰਦਾ ਨਾ ਜਿਹੜਾ, ਉਹ ਵੀ ਇਹਨਾਂ ਦਾ ਮੈਂ ਦੇਖਿਆ ਬਹੁਤ, ਜੇ ਕਿਤੇ ਘੁੰਮਣ ਵੀ ਜਾਂਦੇ ਆ ਕਿਸੇ ਚੀਜ਼ ਨੂੰ ਦੇਖਦੇ ਆ ਨਾ ਬਹੁਤ ਡੀਪਲੀ ਦੇਖਦੇ ਆ। ਜਿੱਦਾਂ ਹੁਣ ਮੈਂ 2020-19 ਦੇ ਵਿੱਚ ਮੇਰੇ ਖਿਆਲ ਨਾਲ ਮੈਂ ਗਿਆ ਸੀ ਆਈਫਲ ਟਾਵਰ ਹੈ ਨਾ, ਅਤੇ ਆਈਫਲ ਟਾਵਰ ਨੂੰ ਫਰਾਂਸ ਦੇ ਵਿੱਚ ਜਿਹੜਾ ਆ ਉਹਨੂੰ ਦੁਨੀਆ ਭਰ ਤੋਂ ਲੋਕ ਦੇਖਣ ਆਉਂਦੇ ਆ, ਅਤੇ ਗੋਰੇ ਕੀ ਕਰਦੇ ਆ ਸਵੇਰ ਤੋਂ ਉਹਦੀ ਟਿਕਟ ਲੈ ਲੈਂਦੇ ਆ, ਸਵੇਰ ਤੋਂ ਕਈ ਲੋਕ ਉੱਪਰ ਲਿਫਟ ਤੱਕ ਜਾਂਦੇ, ਲਿਫਟ ਨਾਲ ਜਾਂਦੇ, ਕਈ ਲੋਕ ਪੌੜੀਆਂ ਚੜ੍ਹ ਕੇ ਉਹਦੇ ਉੱਪਰ ਚੜ੍ਹਦੇ, ਉਹਨੂੰ ਹਰੇਕ ਐਂਗਲ ਤੋਂ ਦੇਖਦੇ ਆ, ਫਿਰ ਉਸ ਤੋਂ ਬਾਅਦ ਵਿੱਚ ਉਹਦੇ ਮੂਹਰੇ ਇੱਕ ਬਹੁਤ ਵੱਡੀ ਪਾਰਕ ਆ, ਜਿੱਦਾਂ ਕਹਿ ਸਕਦੇ 10 ਖੇਤਾਂ ਦੀ ਹੈ ਨਾ, ਅਤੇ ਉੱਥੇ ਜਾ ਕੇ ਬੈਠ ਜਾਂਦੇ ਆ, ਫਿਰ ਰਾਤ ਨੂੰ ਜਿਹੜੀਆਂ 9:30-9:30, ਫਿਰ 9:30-9:30, ਫਿਰ 10 ਵਜੇ, ਫਿਰ 10:30-10:30, 11, ਇੱਦਾਂ ਜਿਹੜੀਆਂ ਲਾਈਟਾਂ ਜਗਦੀਆਂ 30 ਸੈਕਿੰਡ ਆਈਫਲ ਟਾਵਰ ਦੇ ਉੱਪਰ, ਉਹ ਲਾਈਟਾਂ ਨੂੰ ਦੇਖਣ ਲਈ ਗੋਰੇ ਸਾਰਾ ਸਾਰਾ ਦਿਨ ਲਾ ਦਿੰਦੇ। ਮਤਲਬ ਦਿਨ ਨੂੰ ਜੇ ਉਹਨਾਂ ਨੇ 12 ਵਜੇ 1 ਵਜੇ ਆਈਫਲ ਟਾਵਰ ਉੱਪਰ ਚੜ੍ਹ ਕੇ ਦੇਖ ਵੀ ਲਿਆ ਤਾਂ ਵੀ ਉਹ ਪਾਰਕ 'ਚ ਬੈਠੇ ਰਹਿਣਾ ਵੀ ਕਦੋਂ ਲਾਈਟਾਂ ਔਨ ਹੋਊਗੀਆਂ, ਕਦੋਂ ਆਪਾਂ ਉਹਨੂੰ ਦੇਖਾਂਗੇ ਹੈ ਨਾ। ਇਹਨਾਂ ਦੇ ਵਿੱਚ ਇਹ ਚੀਜ਼ ਬਹੁਤ ਵੱਡੀ ਆ, ਇਹਨਾਂ ਦੇ ਵਿੱਚ ਇਹ ਬਹੁਤ ਖਾਸੀਅਤ ਹੈ ਵੀ ਕਿਸੇ ਵੀ ਚੀਜ਼ ਨੂੰ ਜੇ ਦੇਖਦੇ ਆ, ਕਿਸੇ ਵੀ ਚੀਜ਼ ਬਾਰੇ ਜਾਣਦੇ ਆ ਤਾਂ ਬਹੁਤ ਬਰੀਕੀ ਨਾਲ ਜਾਣਦੇ ਆ। ਜਿੱਦਾਂ ਆਪਾਂ ਗਏ, ਮੈਨੂੰ ਵੀ ਯਾਦ ਆ, ਮੈਂ ਕਿਹਾ ਆਪਾਂ ਅੱਧਾ ਕੁ ਘੰਟਾ ਘੁੰਮੇ ਫਿਰੇ, 2-4 ਫੋਟੋਆਂ ਖਿੱਚੀਆਂ, ਆਪਾਂ ਚਲੋ ਚਲੀਏ ਦੇਖ ਲਿਆ ਆਈਫਲ ਟਾਵਰ। ਵੀ ਇਹਨਾਂ ਦੇ ਵਿੱਚ ਇਹ ਖਾਸੀਅਤ ਆ ਬਹੁਤ ਜ਼ਿਆਦਾ, ਵੀ ਕਿਸੇ ਵੀ ਚੀਜ਼ ਦੇ ਵਿੱਚ ਨਾ ਐਨ ਖੁੱਭ ਜਾਂਦੇ ਆ ਗੋਰੇ। ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰੱਖਾ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ।